नंबर 219 ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਪਨੀਰ ਦੁੱਧ ਅਤੇ ਘਿਓ ਦੇ ਸੈਂਪਲ ਲਏ ਗਏ ਨੇ। ਦੱਸ ਦਈਏ ਕਿ ਸਿਹਤ ਵਿਭਾਗ ਦੇ DHO ਵਿਜੇ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਜਿਸ ਦੇ ਆਧਾਰ ਤੇ ਅੱਜ ਅਸੀਂ ਇੱਥੇ ਘਿਓ ਦੁੱਧ ਅਤੇ ਪਨੀਰ ਦੇ ਸੈਂਪਲ ਲਏ ਹਨ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸਿਵਲ ਸਰਜਨ ਪਟਿਆਲਾ ਰਵਿੰਦਰ ਕੌਰ ਨੇ ਦੱਸਿਆ ਹੈ ਕਿ ਇੱਥੇ ਸੁੱਕੇ ਦੁੱਧ ਦੇ ਐਕਸਪਾਇਰੀ ਡੇਟ ਵਾਲਾ ਇੱਕ ਪੀਪਾ ਵੀ ਮਿਲਿਆ ਹੈ ਅਤੇ ਦੁੱਧ ਦੇ ਪਨੀਰ ਦੇ ਸੈਂਪਲ ਲਏ ਗਏ ਹਨ। ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਜੇ ਜਿਹੜੀ ਰਿਪੋਰਟ ਹੈ ਉਹ ਫੇਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਜਾਵੇਗੀ। ਤੇ ਤਿਉਹਾਰਾਂ ਦੇ ਮੱਦੇਨਜ਼ਰ ਕਈ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਿਹੜੀਆਂ ਮਿਠਾਈਆਂ ਦੁੱਧ ਘਿਓ ਤੇ ਪਨੀਰ ਦੀਆਂ ਸੈਂਪਲਾਂ ਇਕੱਠੇ ਕਰਕੇ ਉਹਨਾਂ ਨੂੰ ਲੈਬ ਦੇ ਵਿੱਚ ਭੇਜਿਆ ਜਾ ਰਿਹਾ, ਉਸ ਦੀ ਚੈਕਿੰਗ ਕਰਾਈ ਜਾ ਰਹੀ ਹੈ ਤੇ ਕਿਸੇ ਵੀ ਤਰ੍ਹਾਂ ਦੀ ਜੇ ਸੈਂਪਲ ਦੇ ਵਿੱਚ ਕਮੀ ਨਿਕਲਦੀ ਹੈ ਤਾਂ ਪੁਲਿਸ ਉਹਨਾਂ ਨੂੰ ਫੜ ਰਹੀ ਹੈ। ਤੇ ਦੱਸ ਦਈਏ ਕਿ ਤਿਉਹਾਰਾਂ ਦੇ ਮੱਦੇਨਜ਼ਰ ਇਹ ਸਾਰੀ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਮੁਖਾਵੀ ਘਟਨਾ ਨਾ ਵਾਪਰ ਸਕੇ ਤੇ ਲੋਕਾਂ ਨੂੰ ਕਿਸੇ ਵੀ ਕਿਸਮ ਦਾ ਪਰੇਸ਼ਾਨੀ ਨਾ ਝੱਲਣਾ ਪਵੇ। ਇਮੀਡੀਏਟਲੀ ਉਸ ਥਾਂ ਤੇ ਜਾਣ ਦਾ ਜਾ ਕੇ ਚੈਕਿੰਗ ਕਰਦੇ ਹਾਂ। ਛਾਪੇਮਾਰੀ ਕੀਤੀ ਸੀ ਪਰ ਉਹ ਸੈਂਪਲ ਉੱਥੇ ਖਾਨਾ ਪੂਰਤੀ ਠੰਡੇ ਪਾਸੇ ਗੱਲ ਚਲੀ ਜਾਂਦੀ ਹੈ। ਨਹੀਂ ਕਦੇ ਵੀ ਨਹੀਂ ਠੰਡੇ ਪਾਸੇ, ਜੇ ਠੰਡੇ ਸੈਂਪਲ ਦੀ ਰਿਪੋਰਟ ਆਉਣ ਤੇ ਜੇ ਕੋਈ ਸੈਂਪਲ ਸਬ ਸਟੈਂਡਰਡ ਜਾਂ ਅਨਸੇਫ ਆਉਂਦਾ ਤਾਂ ਉਹਦੇ ਉੱਤੇ ਹੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਜੇ ਲੈਬੋਰਟਰੀ ਵੱਲੋਂ ਸੇਫ ਆ ਜਾਂਦੇ ਨੇ ਜਾਂ ਠੀਕ ਆ ਜਾਂਦੇ ਨੇ ਤਾਂ ਉਹ ਤਾਂ ਫੈਕਟਰੀ ਨੂੰ ਸੀਲ ਵੀ ਕਰੋਗੇ ਜਾਂ ਕੋਈ ਰੈਸਟ ਪਾਓਗੇ ਜਾਂ ਸਾਰੀ ਕਾਰਵਾਈ ਜੇ ਸੈਂਪਲ ਆਉਣ ਤੋਂ ਬਾਅਦ ਹੋਈ? ਜੇ ਇਹ ਕਾਰਵਾਈ ਕਰਨ ਤੋਂ ਬਾਅਦ ਅਸੀਂ ਦੇਖਾਂਗੇ ਵੀ ਜੇ ਕੋਈ ਮਟੀਰੀਅਲ ਸੀਜ਼ ਕਰਨ ਵਾਲਾ ਹੋਏ ਤਾਂ ਉਹ ਵੀ ਕਰਾਂਗੇ। ਇਹ ਆਰਕੇ ਚਿਲਿੰਗ ਫੈਕਟਰੀ ਹੈ ਜੀ। ਅੱਛਾ, ਕਿਆ ਕਿਸ ਕਿਸ ਚੀਜ਼ ਕੇ ਮੈਡਮ ਸੈਂਪਲ ਲਏ ਗਏ ਹੈ ਯਹਾਂ ਸੇ? ਸੈਂਪਲ ਲਏ ਗਏ ਜੀ, ਦੁੱਧ ਦੇ ਲਏ ਗਏ ਹੈ, ਪਨੀਰ ਦੇ ਲਏ ਗਏ ਹੈ, ਘਿਓ ਦੇ ਲਏ ਗਏ ਹੈ ਜੀ। क्या यहाँ पर मैडम ये बेच सकते हैं दूध या घी, सेल कर सकते हैं इस फैक्ट्री में? नहीं, सेल तो है ही है, जो फैक्ट्री है तो सेल तो वो नहीं है, सेल करने का मना ही नहीं है। मैम क्या क्या रेट, क्या क्या अभी सैंपल भरे हैं आपकी तरफ से? साड़ी तरफ से दे दूध दे, पनीर दे, खोए दे, सूखे दूध दे। किस तरीके की कारवाई मैडम आप कर रहे हैं? ਆਪਾਂ ਦੇਖਾਂਗੇ ਜੀ, ਪੂਰੇ ਨਾਲ ਸੈਂਪਲ ਭੇਜਾਂਗੇ ਅਸੀਂ। ਮੈਡਮ ਸੁੱਕੇ ਦੁੱਧ ਕੇ ਕਿਤਨੀ ਕੁ ਰਿਕਵਰੀ ਹੋਈ ਹੈ, ਕਿਤਨੇ ਕੁ ਸੈਂਪਲ ਲਏ ਗਏ ਹੈ? ਸੁੱਕੇ ਦੁੱਧ ਇੱਕ ਕੱਟਾ ਨਿਕਲਿਆ ਜੀ ਉਹਦਾ। ਹਾਂਜੀ, ਸੁੱਕੇ ਦੁੱਧ ਦਾ ਇੱਕ ਕਾਰਵਾਈ ਤਾਂ ਦੇਖੋ ਹੋਏਗੀ, ਜੋ ਵੀ ਫਿਰ ਜੇ ਫੇਲ ਆਇਆ ਤਾਂ ਜ਼ਰੂਰ ਕਾਰਵਾਈ ਹੋਏਗੀ। ਤੇ ਇਸੇ ਖਬਰ ਤੇ ਵੱਧ ਜਾਣਕਾਰੀ ਦੇ ਲਈ ਅਵਿਨਾਸ਼ ਕੰਬੋ ਸਾਡੇ ਨਾਲ ਜੁੜ ਚੁੱਕੇ ਨੇ। ਹਾਂਜੀ ਅਵਿਨਾਸ਼, ਕੀ ਕੁਝ ਅਪਡੇਟ ਹੈ? ਸੈਂਪਲ ਕਈ ਜਗ੍ਹਾ ਤੋਂ ਇਕੱਠੇ ਕੀਤੇ ਜਾ ਰਹੇ ਨੇ ਤੇ ਕੀ ਕੁਝ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਹੈ? ਲੋਕਲ ਪੁਆਇੰਟ ਦੇ ਵਿੱਚ ਇਹ ਰੇਡ ਹੋਈ ਹੈ ਜਿੱਥੇ ਕਿ ਦੁੱਧ, ਘੀ, ਪਨੀਰ ਅਤੇ ਸੁੱਕਾ ਕਾਟਰ ਜਿਹੜਾ ਦੁੱਧ ਹੈਗਾ ਉਹਦੀ ਵੀ ਜਿਹੜਾ ਹੈ ਇਹਨਾਂ ਨੇ ਰਿਕਵਰੀ ਕੀਤੀ ਹੈ ਤੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਤੇ ਸੈਂਪਲ ਲਿੱਤੇ ਗਏ ਤੇ ਇੱਕ ਐਕਸਪਾਇਰੀ ਡੇਟ ਦਾ ਜਿਹੜਾ ਪੀਪਾ ਸੀਗਾ ਉਹ ਵੀ ਜਿਹਦੇ ਵਿੱਚ ਜਿਹੜਾ ਕਿ ਹੈਗੇ ਸਿਵਲ ਸਰਜਨ ਉਹਨਾਂ ਨੇ ਕਿਹਾ ਕਿ ਉਸਦੀ ਵੀ ਅਸੀਂ ਜਿਹੜੀ ਹੈ ਰਿਕਵਰੀ ਕੀਤੀ ਤੇ ਸੈਂਪਲ ਜਿਹੜੇ ਦੁੱਧ ਕੀ ਪਨੀਰ ਦੇ ਲਿੱਤੇ ਗਏ। ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ
ਜੇਕਰ ਇਹ ਸੈਂਪਲ ਫੇਲ ਹੁੰਦੇ ਆ ਤਾਂ ਕਾਰਵਾਈ ਕੀਤੀ ਜਾਊਗੀ। ਦੇਖਣਾ ਹੀ ਹੋਊਗਾ ਕਿ ਸੈਂਪਲ ਦੀ ਰਿਪੋਰਟ ਕਿੰਨੇ ਚਿਰਾਂ ਚ ਆਉਂਦੀ ਆ। ਲੇਕਿਨ ਕਿਤੇ ਨਾ ਕਿਤੇ ਸਿਹਤ ਵਿਭਾਗ ਦੀਵਾਲੀ ਦੇ ਤਿਉਹਾਰਾਂ ਦੇ ਦਿਨਾਂ ਚ ਜ਼ਰੂਰ ਰੇਡਾਂ ਕਰਦਾ, ਉਸ ਤੋਂ ਜਿਹੜਾ ਬਾਅਦ ਜਿਹੜਾ ਹੈ ਨਹੀਂ ਰੇਡਾਂ ਹੁੰਦੀਆਂ, ਕਿਉਂਕਿ ਅਕਸਰ ਦੇਖਦੇ ਆ ਕਿ ਮਿਠਾਈਆਂ ਧੜੱਲੇ ਨਾਲ ਵਿਕਰੀਆਂ ਹੁੰਦੀਆਂ ਬਾਜ਼ਾਰਾਂ ਚ, ਜਾਂ ਦੀਵਾਲੀ ਨੂੰ ਦੋ ਤਿੰਨ ਦਿਨ ਰਹਿ ਨੇ ਤਾਂ ਜ਼ਰੂਰ ਖਾਨਾ ਪੂਰਤੀ ਜਿਹੀ ਰੇਡਾਂ ਹੁੰਦੀਆਂ। ਦੇਖਣਾ ਹੋਊਗਾ ਇਹਦੀ ਜਿਹੜੀ ਰੇਡ ਕੀਤੀ ਗਈ ਹੈ ਇਹਦੀ ਕੀ ਜਿਹੜੇ ਸੈਂਪਲ ਹੈ ਉਹਦੀ ਰਿਪੋਰਟ ਕੀ ਆਉਂਦੀ ਹੈ। ਜੀ ਅੰਜਲੀ, ਕੁਛ ਪਤਾ ਹੈ ਕਿ ਕਦੋਂ ਤੱਕ ਜਿਹੜੇ ਰਿਪੋਰਟ ਹੈ ਸੈਂਪਲ ਦਾ ਉਹ ਆਊਗਾ? ਜੀ ਅੰਜਲੀ, ਇੱਥੇ ਦੱਸਣਾ ਚਾਹਾਂਗਾ, ਸਿਵਲ ਸਰਜਨ ਨੂੰ ਅਸੀਂ ਇਸਦੇ ਬਾਰੇ ਵੀ ਪੁੱਛਿਆ ਸੀ ਤਾਂ ਉਹਨਾਂ ਨੇ ਕਿਹਾ ਕਿ 2-4 ਦਿਨਾਂ ਦਾ ਟਾਈਮ ਲੱਗਦਾ, ਉਸ ਤੋਂ ਬਾਅਦ ਜਿਹੜੀ ਹੈ ਇਹ ਸੈਂਪਲਾਂ ਦੀ ਰਿਪੋਰਟ ਆ ਜਾਏਗੀ। ਤਾਂ ਦੇਖਣਾ ਹੋਊਗਾ ਕਿ ਰਿਪੋਰਟ ਦੇ ਵਿੱਚ ਨਿਕਲ ਕੇ ਆਉਂਦਾ ਹੈ। ਕਈ ਥਾਵਾਂ ਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਤੇ ਅਲੱਗ ਅਲੱਗ ਥਾਵਾਂ ਤੇ ਕੀਤੀ ਜਾ ਰਹੀ ਹੈ, ਪਰ ਕੀ ਆਰੋਪੀਆਂ ਦੇ ਖਿਲਾਫ਼ ਕੋਈ ਐਕਸ਼ਨ ਲਿਆ ਵੀ ਜਾ ਰਿਹਾ ਹੈ? ਇਹੀ ਗੱਲ ਦੇਖਣ ਯੋਗ ਹੈ ਕਿ ਅਕਸਰ ਹੀ ਦੀਵਾਲੀ ਨੂੰ ਜਦ 3-4 ਦਿਨ ਰਹਿ ਜਾਂਦੇ ਆ ਤਦ ਇਹ ਛਾਪੇਮਾਰੀਆਂ ਹੁੰਦੀਆਂ। ਉਸ ਤੋਂ ਪਹਿਲਾਂ ਇਹ ਛਾਪੇਮਾਰੀ ਨਹੀਂ ਹੁੰਦੀਆਂ, ਕਿਉਂਕਿ ਦੀਵਾਲੀ ਤੋਂ ਪਹਿਲਾਂ ਹੀ ਜਿਹੜਾ ਇਹ ਮਾਲ ਹੈ ਵੱਡੀ ਮਾਤਰਾ ਦੇ ਵਿੱਚ ਸਟੋਕ ਕਰਕੇ ਵੇਚਦੇ ਆ ਤੇ ਦੇਖਣਾ ਹੋਵੇਗਾ ਹੁਣ ਜਿਹੜੇ ਘੀ ਦੁੱਧ ਪਨੀਰ ਦੇ ਜਿਹੜੇ ਸੈਂਪਲ ਲਿੱਤੇ ਗਏ ਆ ਸੈਂਪਲਾਂ ਦੀ ਰਿਪੋਰਟ ਚ ਕੀ ਨਿਕਲ ਕੇ ਆਉਂਦਾ। ਬਹੁਤ ਧੰਨਵਾਦ ਅਵਿਨਾਸ਼।